ਕਾਦੀਆਂ ਦੇ ਪਿੰਡ ਤਤਲੇ ਵਿਖੇ ਕੱਲ ਵੋਟਾਂ ਦੌਰਾਨ ਹੋਏ ਝਗੜੇ ਵਿੱਚ ਅਕਾਲੀ ਵਰਕਰ ਨਾਲ ਕਾਂਗਰਸੀਆਂ ਵੱਲੋਂ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਦੇ ਆਰੋਪ ਲੱਗੇ ਹਨ। ਉਸ ਦੇ ਤਹਿਤ ਅੱਜ ਥਾਣਾ ਸੇਖਾਂ ਵਿਖੇ ਅਕਾਲੀਆਂ ਵੱਲੋਂ ਕਾਂਗਰਸ ਸਰਪੰਚ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਅਕਾਲੀ ਵਰਕਰਾਂ ਨੇ ਕਿਹਾ ਕਿ ਜੇ ਇਨਸਾਫ ਨਹੀਂ ਮਿਲਿਆ ਤਾਂ ਉੱਚ ਅਧਿਕਾਰੀਆਂ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਉਧਰ ਜਦੋਂ ਇਸ ਬਾਰੇ ਕਾਂਗਰਸੀ ਸਰਪੰਚ ਜਸਪਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਝਗੜੇ ਦੌਰਾਨ ਉਹ ਬੋਰਡ ਬੂਥ ਤੇ ਹੀ ਮੌਜੂਦ ਨਹੀਂ ਸਨ। ਅੱਜ ਅਸੀਂ ਇੱਥੇ ਸੇਖਵਾਂ ਥਾਣੇ ਆਏ ਹਾਂ, ਜਿਹੜੀ ਕੱਲ੍ਹ ਦੀ ਘਟਨਾ ਸਾਡੇ ਪਿੰਡ ਤਤਲੇ ਵਿੱਚ ਵਾਪਰੀ ਆ। ਇੱਕ ਅਮਰਧਾਰੀ ਸਿੰਘ ਨੂੰ, ਜਿਹਨੂੰ ਮੈਂ ਇਸ ਵਾਰ ਨਹੀਂ ਪਿਛਲੀਆਂ ਪੰਜਾਂ ਛਿਆਂ ਇਲੈਕਸ਼ਨਾਂ 'ਚ ਪੋਲਿੰਗ ਏਜੰਟ ਬਣਾਉਂਦਾ ਰਿਹਾ, ਐਰਕਾਂ ਇਸ ਕਾਂਗਰਸ ਪਾਰਟੀ ਵਾਲਿਆਂ ਕਿਤੇ ਹੁਣ ਪਤਾ ਅੱਜ ਲੱਗਾ ਵੀ ਇਹਨਾਂ ਨੇ ਸਲਾਹ ਕੀਤੀ ਸੀ ਵੀ ਇਹਨਾਂ ਦੇ ਪੱਗਾਂ ਲਾਉਣੀਆਂ ਜਿਹੜੇ ਬੰਦੇ ਅੰਦਰ ਬੈਠੇ ਹੋਏ, ਅਤੇ ਇਹਨਾਂ ਨੂੰ ਗਾਂ ਪੰਚਾਇਤ ਇਲੈਕਸ਼ਨ 'ਚ ਬਹਿਣਗੇ, ਇਹਨਾਂ ਦਾ ਸਾਨੂੰ ਸੌਖੀ ਹੋ ਜੂ ਪੰਚਾਇਤ ਇਲੈਕਸ਼ਨ ਲੜਨੀ। ਉਹਦੇ ਮੁਤਾਬਕ ਇਹਨਾਂ ਨੇ ਮੇਰੇ ਇਸ ਵਰਕਰ ਦੀ, ਜਿਹੜਾ ਅਕਾਲੀ ਦਲ ਦਾ ਸੀਨੀਅਰ ਵਰਕਰ ਹੈ ਇਸ ਪਾਰਟੀ ਦਾ ਔਰ ਇਸ ਬਰਾਦਰੀ ਦਾ, ਇਹ ਮੇਰੇ ਨਾਲ ਹੁੰਦੇ ਆ, ਇਹਨਾਂ ਦੀ ਜਾਣ ਬੁੱਝ ਕੇ ਕੱਲ੍ਹ ਮਾਰਕਟਾਈ ਕੀਤੀ। ਮੈਂ ਤਾਂ ਸਮਝਦਾ ਹਾਂ ਵੀ 4:30 ਦਾ ਟਾਈਮ ਹੋ ਗਿਆ, ਇਲੈਕਸ਼ਨ ਬੰਦ ਹੋਣ ਵਾਲੀ, 100-150 ਵੋਟ ਰਹਿੰਦੀ ਸੀ ਉਦੋਂ ਪੈਣ ਵਾਲੀ, ਇਹਦੇ ਅੰਦਰ ਜਿਹੜੀ ਆ ਗਈ ਸੀ। ਜ਼ਿਲ੍ਹੇ ਗੁਰਦਾਸਪੁਰ ਦੇ ਵੀ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਾਂ ਆਈਆਂ। ਮੈਂ ਕੱਲ੍ਹ ਖੁਦ ਜਿਹੜਾ ਸ਼੍ਰੀ ਹਰਗੋਬਿੰਦਪੁਰ ਹਲਕੇ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੇ ਨਾਲ ਵੱਖ ਵੱਖ ਬੂਥਾਂ 'ਤੇ ਗਿਆ। ਇੱਕ ਬੂਥ ਦੇ ਉੱਤੇ ਸਾਡੇ ਜਿਹੜਾ ਰੰਗੜ ਨੰਗਲ ਜ਼ੋਨ, ਉੱਥੇ ਉਮੀਦਵਾਰ ਜਿਹੜਾ ਸੀਗਾ ਬਲਾਕ ਸੰਮਤੀ ਦਾ ਅੰਗਰੇਜ਼ ਸਿੰਘ ਅਕਾਲੀ ਦਲ ਦਾ, ਉਹਦੇ ਨਾਲ ਧੱਕਾ ਮੁੱਕੀ ਕੀਤੀ ਗਈ, ਇਸੇ ਤਰ੍ਹਾਂ ਉਹਦੀ ਵੀ ਦਸਤਾਰ ਉਤਾਰੀ ਗਈ। ਅਤੇ ਸ਼ਾਮ ਨੂੰ ਜਿਹੜੀ ਆ ਰਣਦੀਪ ਸਿੰਘ ਤਤਲਾ ਦੀ ਵੀ ਖਬਰ ਮਿਲੀ ਕਿ ਇਹਦੇ ਨਾਲ ਕੁੱਟਮਾਰ ਕਰਕੇ ਇਹਨੂੰ ਅਪਸ਼ਬਦ ਬੋਲ ਕੇ ਅਤੇ ਨਾਲ ਹੀ ਇਹਦੀ ਦਸਤਾਰ ਉਤਾਰੀ ਗਈ, ਅਤੇ ਇਹਦੇ ਕਕਾਰਾਂ ਦੀ ਜਿਹੜੀ ਆ ਉਹ ਵੀ ਬੇਇੱਜ਼ਤੀ ਕੀਤੀ ਗਈ। ਕਕਾਰਾਂ ਤੋਂ ਫੜ ਕੇ ਜਿਹੜਾ ਇਹਦੀ ਜਿਹੜੀ ਆ ਕੁੱਟਮਾਰ ਕੀਤੀ ਗਈ। ਮੈਂ ਸਮਝਦਾ ਇਹ ਬਹੁਤ ਅੱਤ ਨਿੰਦਣਯੋਗ ਆ। ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਕੱਲ੍ਹ ਜਿਹੜਾ ਸਾਡੇ ਅਕਾਲੀ ਵਰਕਰਾਂ ਦੇ ਨਾਲ ਧੱਕੇਸ਼ਾਹੀਆਂ ਹੋਈਆਂ ਨੇ, ਇਹ ਕੋਈ ਮੈਂ ਸਮਝਦਾ ਲੋਕਤੰਤਰ ਦਾ ਘਾਣ ਆ, ਇਹ ਕੋਈ ਚੋਣਾਂ ਨਹੀਂ ਗੀਆਂ। ਜੇਕਰ ਕਾਂਗਰਸ ਚਾਹੁੰਦੀ ਸੀ ਕਿ ਅਸੀਂ ਕੋਈ ਪੰਜਾਬ ਦੇ 'ਚ ਇਹ 1.5 ਸਾਲ ਦੇ 'ਚ ਕਰਵਾਇਆ, ਕੋਈ ਵਿਕਾਸ ਕਰਵਾਇਆ ਜਾਂ ਆਪਣੇ ਕੀਤੇ ਹੋਏ ਵਾਅਦੇ ਪੂਰੇ ਕੀਤੇ ਨੇ, ਤਾਂ ਉਹਨਾਂ ਨੂੰ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ। ਕੱਲ੍ਹ ਜੋ ਕਿ ਸਾਡੇ ਪਿੰਡ ਦੇ ਵਿੱਚ ਵੋਟਾਂ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ, ਉਸ ਦੇ ਵਿੱਚ ਮੈਂ ਪੋਲਿੰਗ ਏਜੰਟ ਸੀਗਾ ਜੀ। ਉੱਥੇ ਸ਼ਾਮ ਦੇ ਵੇਲੇ 4 ਵਜੇ ਦੇ ਵੇਲੇ ਜਸਪਾਲ ਤਤਲਾ ਆਇਆ ਵਾ, ਜਸਪਾਲ ਤਤਲੇ ਦਾ ਮੁੰਡਾ ਆਇਆ ਪਹਿਲੋਂ, ਉਹ ਮੈਨੂੰ ਧੱਕਾ ਮਾਰ ਕੇ ਗਿਆ ਵਾ। ਇਹ ਕਾਂਗਰਸੀ ਲੀਡਰਾਂ ਨੇ ਸਲਾਹ ਕਰਕੇ ਇਹ ਉੱਥੇ ਭੇਜੇ ਬੰਦੇ 10-12, ਅਤੇ ਮੇਰੇ 'ਤੇ ਆਣ ਕੇ ਵਾਰ ਕੀਤੇ ਆ, ਮੇਰੇ 'ਤੇ ਆਣ ਕੇ ਮੁੱਕੀਆਂ ਮਾਰੀਆਂ ਵਾ, ਮੇਰੇ ਪੱਗ ਲਾਈ, ਮੇਰੇ ਕੇਸਾਂ ਦੀ ਬੇਅਦਬੀ ਕੀਤੀ ਆ, ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਆ। ਪਰ ਇਹ ਕਾਂਗਰਸ ਵਾਲਿਆਂ ਨੇ ਇੰਨਾ ਕੁ ਧੱਕਾ ਕੀਤਾ, ਅੱਜ ਇਹ ਸਾਰੇ ਜਿੰਨੇ ਵੀ ਨਾਲ ਆਏ ਆ ਸੰਗਤ ਸਾਰੀ ਇੰਨੇ ਕੁ ਵਿਰੋਧ ਕਰਨ ਡੀ ਆ ਵੀ ਇਹ ਬੰਦੇ ਨੇ ਬਹੁਤ ਜ਼ਿਆਦਾ ਗਲਤ ਕੀਤਾ ਵਾ। ਜੇ ਉੱਦਾਂ ਗੱਲ ਸੀ ਤਾਂ ਉੱਦਾਂ ਗੱਲ ਕਰਕੇ ਪੁੱਛ ਕੇ ਦੱਸ ਦੇ, ਵੀ ਅਸੀਂ ਜੇ ਗਲਤੀ ਸੀ ਤਾਂ ਆਪਾਂ ਮੰਨ ਲੈਂਦੇ, ਪਰ ਸਾਡੀ ਗਲਤੀ ਕੋਈ ਨਹੀਂ। ਇਹ ਜਾਲੀ ਵੋਟਾਂ ਪਾਉਂਦੇ ਰਹੇ ਸਾਰੀ ਦਿਹਾੜੀ, ਨੰਗਾ ਨਾਚ ਨੱਚਿਆ ਅੰਦਰ ਸਾਰੀ ਦਿਹਾੜੀ, ਸਾਰੀ ਦਿਹਾੜੀ ਇਹਨਾਂ ਨੇ ਆਪ ਜੱਸੇ ਦੇ ਜਸਪਾਲ ਦੇ ਪਿਓ ਨੇ ਗਲਤ ਵੋਟਾਂ ਪਾਈਆਂ। ਜਸਪਾਲ ਸਿੰਘ ਤਤਲਾ ਕਾਂਗਰਸ ਪਾਰਟੀ ਦਾ ਜੋ ਕਿ ਸਕੱਤਰ ਆ, ਇਹਨਾਂ ਨੇ ਸਾਰੀ ਦਿਹਾੜੀ 'ਚ ਗਲਤ ਵੋਟਾਂ ਪਾਈਆਂ। ਅਸੀਂ ਥੋੜ੍ਹਾ ਜਿਹਾ ਇੰਨਾ ਕੁ ਵਿਰੋਧ ਕੀਤਾ ਵੀ ਤੁਸੀਂ ਚਲੋ ਸਹੀ ਵੋਟਾਂ ਪਾਓ, ਜਿਹੜਾ ਤੁਹਾਨੂੰ ਹਾਥੀ ਫੜਾਉਂਦਾ ਫੜ ਲਓ ਪਾ ਲਓ, ਪਰ ਇੱਦਾਂ ਨਾ ਕਰੋ, ਕਿਸੇ ਦੀਆਂ ਜਾਲੀ ਵੋਟਾਂ ਨਾ ਪਾਓ। ਇਹਨਾਂ ਜਾਲੀ ਵੋਟਾਂ ਪਾਈਆਂ ਸਾਰੀ ਦਿਹਾੜੀ, ਕੋਈ ਕਿਸੇ ਨੂੰ ਨਹੀਂ ਸਮਝਿਆ, ਕੋਈ ਇਹਨਾਂ ਨੇ ਲੋਕਤੰਤਰ ਨੂੰ ਨਹੀਂ ਸਮਝਿਆ। ਇਹਨਾਂ ਨੇ ਸ਼ਰੇਆਮ ਧੱਕੇਸ਼ਾਹੀ ਕੀਤੀ ਆ, ਅਤੇ ਮੇਰੇ ਕੇਸਾਂ ਦੀ ਬੇਅਦਬੀ ਮੈਨੂੰ ਬਾਹਰ ਅੰਦਰੋਂ ਖਿੱਚ ਕੇ ਬਾਹਰ ਲਿਆਂਦਾ ਵਾ। ਮੈਂ ਭੱਜਣ ਦੀ ਕੋਸ਼ਿਸ਼ ਕੀਤੀ, ਆਪਣੇ ਕੇਸ ਬਚਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਆਣ ਕੇ ਇੱਕ ਗੋਦਾ। ਹਾਂਜੀ, ਮੇਰੇ ਵੀਰ ਜੀ ਦੇ ਨਾਲ ਬਹੁਤ ਧੱਕਾ ਹੋਇਆ, ਉਹਨਾਂ ਨਾਲ ਮਾਰ ਕਟਾਈ ਬਹੁਤ ਜ਼ਿਆਦਾ ਕੀਤੀ ਗਈ ਹੈਗੀ। ਸਾਨੂੰ ਸੁਣ ਕੇ ਉੱਥੇ ਸਾਡੀ ਜਾਨ ਮੁੱਕ ਗਈ ਸੀ, ਇਸੇ ਕਰਕੇ ਕਿ ਸਾਡੇ ਵੀਰ ਨੂੰ ਜੇ ਮਾਰ ਦਿੰਦੇ ਅਸੀਂ ਕੀ ਕਰਨਾ ਸੀਗਾ, ਸਾਡਾ ਮਾਂ ਬਾਪ ਨਹੀਂ ਹੈਗਾ, ਅਸੀਂ ਇਹਨਾਂ ਦੇ ਸਿਰ 'ਤੇ ਹੈਗੇ ਹੈਗੇ। ਮਾਰ ਕਟਾਈ ਹੈ ਜਸਪਾਲ ਨੇ, ਕਾਂਗਰਸੀਆਂ ਨੇ, ਇਹਨਾਂ ਨੇ ਇਹ ਨਹੀਂ ਵੇਖਿਆ ਹੈਗਾ ਵੀ ਗਾੜੀ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਹੈਗਾ। ਇਹਨਾਂ ਨੂੰ ਇੰਨੀ ਸ਼ਰਮ ਹੋਣੀ ਚਾਹੀਦੀ ਸੀ ਕਿ ਗਾੜੀ ਉਹ ਵੀ ਬੱਚਾ ਹੈਗਾ ਵਾ ਗਾ, ਅਤੇ ਜਾਤ ਦੇ ਬਰਖਿਲਾਫ਼ ਕਿਉਂ ਬੋਲਦੇ ਹੈਗੇ ਹੈਗੇ, ਇਹ ਰਾਤ ਉੱਠ ਕੇ ਤਾਂ ਖਾਂਦੇ ਨਹੀਂ ਹੈਗੇ। ਇਨਸਾਫ਼ ਮੰਗਦੇ ਹੋ? ਅਸੀਂ ਇਨਸਾਫ਼ ਇਹੋ ਮੰਗਦੇ ਹਾਂ ਕਿ ਮੇਰੇ ਵੀਰ ਨੂੰ ਇਨਸਾਫ਼ ਮਿਲ ਜੇ, ਉਹਨਾਂ ਨੂੰ ਸਜ਼ਾ ਤੋਂ
ਜਾਤ ਪਾਤ ਦੀ ਗੱਲ ਤਾਂ ਹੋ ਸਕਦੀ ਹੈ ਜੇ ਮੈਂ ਕਿਸੇ ਝਗੜੇ ਦੇ ਵਿੱਚ ਹੋਵਾਂ ਜਾਂ ਮੈਨੂੰ ਕਿਸੇ ਝਗੜੇ ਬਾਰੇ ਪਤਾ ਹੋਵੇ। ਮੈਂ ਤਾਂ ਉਸ ਟਾਈਮ ਆਇਆ ਵਾਂ ਜਦੋਂ ਮੈਨੂੰ ਪੁਲਿਸ ਬਾਰੇ ਪਤਾ ਲੱਗਾ ਵੀ ਪਿੰਡ ਮਤਲਬ ਜਿਹੜੇ ਆ ਐਸ ਐਚ ਓ ਸਿੱਖਵਾਂ ਆਇਆ ਵਾ, ਮੈਂ ਉਸ ਤੋਂ ਬਾਅਦ ਆਇਆ ਅਤੇ ਝਗੜਾ ਹੋਇਆ ਜਾਂ ਨਹੀਂ ਹੋਇਆ ਮੈਨੂੰ ਇਸ ਗੱਲ ਦਾ ਨਹੀਂ ਪਤਾ, ਕਿਸ ਨਾਲ ਹੋਇਆ ਵੀ ਨਹੀਂ ਪਤਾ। ਧੰਨਾ ਦਾ ਬੇਵਜ੍ਹਾ ਹੀ ਆ, ਕੱਲ੍ਹ ਕੋਈ ਆਇਆ ਸੀ ਇਹਨਾਂ ਦਾ ਮਸਲਾ ਇਲੈਕਸ਼ਨ 'ਚ ਝਗੜਾ ਹੋਇਆ ਸੀ ਅਤੇ ਇਹਨਾਂ ਨੂੰ ਕੱਲ੍ਹ ਹੀ ਪ੍ਰਸੰਤ ਹੈ ਵੀ ਜੋ ਲੀਗਲ ਕਾਰਵਾਈ ਬਣਦੀ ਹੈ ਆਪਾਂ ਕਰਾਂਗੇ। ਅਤੇ ਬਿਜੀ ਹੋਣ ਦੇ ਨਾਤੇ ਉੱਥੇ ਜਮੇਰ ਬੰਦੇ ਸਤਨਾਰ ਸਿੰਘ ਤਤਲਾ ਉਹਨਾਂ ਨੂੰ ਪੁਲਿਸ ਫੇਰਿਆ ਸੀ। ਉਹ ਬਾਈ ਨੇਮ ਤਾਂ ਪਤਾ ਨਹੀਂ ਇਹਨਾਂ ਨਹੀਂ ਦਿਖਾਏ, ਬਟ ਕੈਂਡੀਡੇਟ ਇੱਕ ਹੈ ਸਾਡੇ ਕਸ਼ਮੀਰ ਕੌਰ, ਉਹਦਾ ਲੜਕਾ ਜਸਪਾਲ ਸਿੰਘ, ਉਹ ਕਾਂਗਰਸ ਪਾਰਟੀ ਵੱਲੋਂ ਹੈ, ਉਹ ਉਹਦਾ ਬੇਟਾ ਅਤੇ ਦੋ ਨਾਲ ਰੈਲੇਟਿਵ ਨੇ ਉਹਨਾਂ ਦੇ, ਉਹਨਾਂ 'ਤੇ ਇਲਜ਼ਾਮ ਲਾ ਰਹੇ ਵੀ ਉਹਨਾਂ ਕੋਲ ਕੇਸ, ਜੋ ਸਟੇਟਮੈਂਟ ਲਿਖਣਗੇ ਉਹਦੇ ਆਧਾਰ 'ਤੇ ਜੋ ਬਣਦੇ ਬੈਂਸ ਐਫ ਆਈ ਆਰ ਲਾਈ ਕੀਤੀ ਜਾਏ। ਜਾਗਤੀ ਲੈਣ ਲਈ ਕਾਦੀਆਂ ਤੋਂ ਮੁਨੀਰਾ ਸਲਾਮ ਦੀ ਰਿਪੋਰਟ।